ਹੁਣ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਐਸਜੀਪੀਸੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹਨਾਂ ਦੋਹਾਂ ਪੱਖਾਂ ਤੇ ਕੰਮ ਕੀਤਾ ਜਾਵੇ ਸੋ ਅੱਜ ਇੱਥੇ ਸਹਿਰਦ ਜਿਹੜੇ ਵਕੀਲ ਸਹਿਬਾਨ ਜਿਹੜੇ ਵੱਖ ਵੱਖ ਕੇਸਾਂ ਨੂੰ ਅੱਗੇ ਆਪ ਹੀ ਪਹਿਲਾਂ ਹੀ ਪ੍ਰਸੂ ਕਰ ਰਹੇ ਆ ਔਰ ਵੱਖ ਵੱਖ ਸਟੇਟਾਂ ਦੇ ਵਿੱਚ ਭਾਵੇਂ ਕੇਸ ਆ ਚਾਹੇ ਸੁਪਰੀਮ ਕੋਰਟ 'ਚ ਆ ਚਾਹੇ ਹਾਈ ਕੋਰਟ 'ਚ ਆ ਉਹਨਾਂ ਸਾਰਿਆਂ ਦੀ ਉਹ ਪੈਰਵੀ ਆਪਣੇ ਤੌਰ 'ਤੇ ਵੀ ਕਰ ਰਹੇ ਆ ਉਹ ਅੱਜ ਸਾਡੇ ਵਕੀਲ ਸਾਹਿਬਾਨਾਂ ਦਾ ਇੱਥੇ ਅਸੀਂ ਅੱਜ ਇਕੱਤਰਤਾ ਕੀਤੀ ਸੀ ਜਿਹਦੇ ਵਿੱਚ ਸਾਰਿਆਂ ਨੇ ਇੱਕ ਗੱਲ 'ਤੇ ਜ਼ੋਰ ਦਿੱਤਾ ਵੀ ਇਹਨੂੰ ਰਾਜਨੀਤਿਕ ਤੌਰ 'ਤੇ ਇੱਕ ਵੱਖਰਾ ਕੰਸੈਪਟ ਆ ਇਹਨੂੰ ਲੀਗਲ ਬੈਟਲ ਜਿਹੜੀ ਆ ਉਹਦੀ ਜੰਗੀ ਪੱਧਰ 'ਤੇ ਲੜਾਈ ਕੀਤੀ ਜਾਵੇ ਔਰ ਪਿਛਲੇ ਕਾਫੀ ਦਿਨਾਂ ਤੋਂ ਵੱਖ ਵੱਖ ਪੱਖਾਂ ਤੋਂ ਵਿਚਾਰਾਂ ਆਉਂਦੀਆਂ ਸੀ ਵੀ ਜਿਹਦੇ ਵਿੱਚ ਕਾਨੂੰਨੀ ਪੱਖ ਵੀ ਜਿਹੜਾ ਆ ਉਹ ਵੀ ਪ੍ਰਸੂ ਕੀਤਾ ਜਾਵੇ ਭਾਵੇਂ ਕਾਨੂੰਨੀ ਪ੍ਰੋਸੈਸ ਪਹਿਲਾਂ ਵੀ ਜਾਰੀ ਆ ਸੋ ਮੈਨੂੰ ਖੁਸ਼ੀ ਹੋਈ ਅੱਜ ਸਾਰੇ ਸਹਿਰਦ ਜਿਹੜੇ ਪੰਜਾਬ ਦੇ ਨਾਮਵਰ ਵਕੀਲ ਜਿਹੜੇ ਹਾਈ ਕੋਰਟ ਦੇ ਵਕੀਲ ਚਾਹੇ ਥਰੜੀਆਂ ਕੋਰਟਾਂ ਦੇ ਵਿੱਚ ਡਿਸਟ੍ਰਿਕਟ ਪੱਧਰੀ ਕੋਰਟਾਂ ਦੇ ਵਿੱਚੋਂ ਵਕੀਲ ਸਾਰੇ ਪਹੁੰਚੇ ਆ ਜਸਟਿਸ ਬੇਦੀ ਸਾਹਿਬ ਚੇਚੇ ਤੌਰ 'ਤੇ ਪਹੁੰਚੇ ਸੀ ਉਹ ਵੱਖ ਵੱਖ ਸਾਰੀਆਂ ਵਿਚਾਰਾਂ ਹੋਈਆਂ ਸਾਰਿਆਂ ਨੇ ਬਹੁਤ ਪੋਜ਼ਿਟਿਵ ਵਿਚਾਰਾਂ ਦਿੱਤੀਆਂ ਔਰ ਉਹ ਪੋਜ਼ਿਟਿਵ ਵਿਚਾਰਾਂ ਦੇ ਵਿੱਚ ਕਿਉਂਕਿ ਕੌਮੀ ਦਰਦ ਆ ਇਹ ਸਿੱਖ ਜੁਝਾਰੂ ਵੀਰਾਂ ਦਾ ਔਰ ਉਹਦੇ ਵਿੱਚ ਬੜੇ ਸੁਝਾਵਾਂ ਨੂੰ ਲੈ ਕੇ ਅਸੀਂ ਥੋੜ੍ਹੇ ਦਿਨਾਂ ਦੇ ਵਿੱਚ ਇੱਕ ਦੁਬਾਰਾ ਫਿਰ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਕੋਈ ਕਮੇਟੀ ਕੋਆਰਡੀਨੇਟ ਬਣਾਵਾਂਗੇ ਕਿਉਂਕਿ ਦੋ ਪੱਖ ਉਹਦੇ ਵਿੱਚ ਸੀ ਇੱਕ ਤਾਂ ਪੱਖ ਸਿੱਖ ਜੁਝਾਰੂ ਵੀਰਾਂ ਦਾ ਜਿਹੜੇ ਲੰਬੇ ਅਰਸੇ ਤੋਂ ਅੰਦਰ ਬੈਠੇ ਆ ਉਹਨਾਂ ਦੇ ਵੱਖ ਵੱਖ ਪੱਖ ਵੀ ਵਿਚਾਰੇ ਗਏ ਵੀ ਕਿਹੜੇ ਕਿਹੜੇ ਪੱਖ ਤੋਂ ਕਿਹਦਾ ਕਿਹਦਾ ਕੀ ਜਿਹੜਾ ਆ ਉਹ ਹੱਲ ਕੀਤਾ ਜਾ ਸਕਦਾ ਦੂਸਰਾ ਇੱਕ ਪੱਖ ਹੋਰ ਵੀ ਸਾਹਮਣੇ ਆਇਆ ਵੀ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਉਸ ਮਾਹੌਲ ਦੇ ਵਿੱਚ ਕਈ ਇਨੋਸੈਂਟ ਕਿਲਿੰਗ ਵੀ ਕਰ ਦਿੱਤੀਆਂ ਉਹਨਾਂ ਕੇਸਾਂ ਦੇ ਵਿੱਚ ਕੋਈ ਪੈਰਵਹੀ ਤੋਂ ਰਹਿ ਜਾਂਦੇ ਕਈ ਪੈਰਵਹੀਆਂ ਹੋ ਰਹੀਆਂ ਉਹ ਵੀ ਵਕੀਲ ਸਾਹਿਬਾਨ ਵੱਲੋਂ ਮੰਗ ਸੀ ਵੀ ਉਹਨਾਂ ਦਾ ਵੀ ਆਪਾਂ ਪ੍ਰੋਪਰ ਲੀਗਲ ਬੈਟਲ ਜਿਹੜੀ ਲੜੀਏ ਸੋ ਅੱਜ ਮੈਨੂੰ ਖੁਸ਼ੀ ਹੋਈ ਸਾਰੇ ਸਾਥੀ ਇੱਥੇ ਬੈਠ ਕੇ ਗੰਭੀਰਤਾ ਦੇ ਨਾਲ ਖੱਟੀਆਂ ਮਿੱਠੀਆਂ ਜਿੱਦਾਂ ਕਹੀਦੀਆਂ ਆਪਾਂ ਉਹ ਸਾਰੀਆਂ ਬੈਠ ਕੇ ਵਿਚਾਰਾਂ ਹੋਈਆਂ ਅਤੇ ਆਉਂਦੇ ਦਿਨਾਂ ਦੇ ਵਿੱਚ ਫਿਰ ਇੱਕ ਮੀਟਿੰਗ ਹੋਰ ਕਰਕੇ ਇਹ ਲੀਗਲ ਬੈਟਲ ਵੀ ਅਸੀਂ ਚਾਹੇ ਆਨਰੇਬਲ ਹਾਈ ਕੋਰਟਸ ਦੇ ਵਿੱਚ ਵੱਖ ਵੱਖ ਸਟੇਟਾਂ 'ਚ ਚਾਹੇ ਸੁਪਰੀਮ ਕੋਰਟ ਦੇ ਵਿੱਚ ਇਹ ਲੜਨੀ ਪਵੇ ਔਲਰੇਡੀ ਰਾਜੋਆਣਾ ਸਾਹਿਬ ਅਤੇ ਭੁੱਲਰ ਸਾਹਿਬ ਦਾ ਕੇਸ ਔਲਰੇਡੀ ਕੋਰਟਾਂ ਦੇ ਵਿੱਚ ਪੈਂਡਿੰਗ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵਿੱਚ ਉਸੇ ਤਰਜ਼ 'ਤੇ ਬਾਕੀ ਵੀ ਵਕੀਲਾਂ ਨੇ ਅੱਜ ਸਾਰੇ ਸੁਝਾਅ ਦਿੱਤੇ ਆ ਔਰ ਬਹੁਤ ਸੀਨੀਅਰ ਜਿਹੜੇ ਵਕੀਲ ਪੰਜਾਬ ਤੋਂ ਹੁਣ ਤੋਂ ਨਹੀਂ 40-40 ਸਾਲ ਤੋਂ ਲੰਬੇ ਅਰਸੇ ਤੋਂ ਇਹਨਾਂ ਬੇਇਨਸਾਫੀਆਂ ਦੇ ਖਿਲਾਫ ਲੜਦੇ ਆ ਰਹੇ ਆ ਉਹ ਸਾਰਿਆਂ ਦਾ ਇਕੱਠ ਸੀ ਉਹਨੀ ਸਾਰਿਆਂ ਨੇ ਆਪਣੀਆਂ ਇਕੱਲੇ ਇਕੱਲੇ ਦੇ ਵਿਊ ਵੀ ਲੈ ਗਏ ਸਾਰੇ ਸੋ ਮੈਂ ਅਗਲੀ ਫਿਰ ਮੀਟਿੰਗ ਕੁਛ ਦਿਨਾਂ ਦੇ ਵਿੱਚ ਸੱਦ ਕੇ ਪਰ ਅਸੀਂ ਜੋ ਅੱਜ ਸਮ ਅਪ ਕੀਤਾ ਉਹ ਸਮ ਅਪ ਦੇ ਤਹਿਤ ਜਿਹੜਾ ਪ੍ਰੋਸੈਸ ਸ਼ੁਰੂ ਹੋਊਗਾ ਉਹ ਅਗਾਂਹ ਫਿਰ ਉਹਨੂੰ ਹੋਰ ਵਧਾਇਆ ਜਾਊਗਾ ਸੋ ਇਹ ਅੱਜ ਵਕੀਲ ਸਾਹਿਬਾਨ ਅਤੇ ਜੱਜ ਸਾਹਿਬਾਨ ਕੁਛ ਸਾਡੇ ਜੱਜ ਸਾਹਿਬਾਨ ਜ਼ਰੂਰੀ ਰੁਝੇਵਿਆਂ ਕਰਕੇ ਅੱਜ ਆ ਨਹੀਂ ਸਕੇ ਪਰ ਉਹਨਾਂ ਵੱਲੋਂ ਵੀ ਹਾਂ ਪੱਕੀ ਹੰਗਾਰਾ ਦਿੱਤਾ ਗਿਆ ਸੀ ਕਿਉਂਕਿ ਕਾਨੂੰਨੀ ਬੈਟਲ ਆ ਅਤੇ ਹਾਈ ਕੋਰਟ ਦੇ ਜਿਹੜੇ ਜੱਜਸ ਆ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਪੈਰਵੀ ਕਰ ਸਕਦੇ ਉਹਨਾਂ ਦੇ ਸੁਝਾਅ ਲਏ ਜਾ ਸਕਦੇ ਆ ਸੋ ਵੱਖ ਵੱਖ ਸਾਰਿਆਂ ਨੇ ਆਪਣੇ ਸੁਝਾਅ ਪੇਸ਼ ਕੀਤੇ ਆ ਉਹਨਾਂ ਸੁਝਾਵਾਂ 'ਤੇ ਫਿਰ ਗੌਰ ਕਰਕੇ ਅਗਲੀ ਜਿਹੜੀ ਆ ਉਹ ਕਾਰਵਾਈ ਜਿਹੜੀ ਜਾਰੀ ਵੀ ਆ ਅਤੇ ਹੋਰ ਅਗਾਂਹ ਵਧਾਈ ਜਾਊਗੀ ਖੱਟੀਆਂ ਮਿੱਠੀਆਂ ਕਹਿਣ ਤੋਂ ਭਾਵ ਇਹ ਹੁੰਦਾ ਕਿਉਂਕਿ ਮੇਰੇ ਸਾਥੀ ਆ ਸਾਰੇ ਅਸੀਂ ਇਕੱਠੇ ਰਹੇ ਹਾਂ ਮੈਂ ਆਪ 84 ਤੋਂ ਔਨਵਰਡ 82 ਤੋਂ ਆਪ ਮੈਂ ਇਸੇ ਪ੍ਰੈਕਟਿਸ 'ਚ ਰਿਹਾ ਉਹ ਮੇਰੇ ਸੱਜਣ ਸਾਥੀ ਕੋਈ ਮੈਨੂੰ 30 ਸਾਲ ਬਾਅਦ ਮਿਲਿਆ ਕੋਈ ਕਿੰਨੇ ਸਮੇਂ ਬਾਅਦ ਮਿਲਿਆ ਖੱਟੀਆਂ ਮਿੱਠੀਆਂ ਕਹਿਣ ਤੋਂ ਬਾਅਦ ਖੱਟੀਆਂ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਤੁਹਾਡੀ ਅਕਾਲੀ ਦਲ ਦੀ ਪਾਰਟੀ ਆ ਉਹ ਤਾਂ 10 ਸਾਲ ਰਾਜ ਰਿਹਾ ਦੇਖੋ ਮੇਰੀ ਬੇਨਤੀ ਸੁਣੋ ਸਿਆਣੇ 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 ਕਹਿੰਦੇ ਆ ਦੇਰ ਆਏ ਦਰੋਸਤ ਆਏ
कुछ है भी आ जे मैं हूँ उन्होंने पक्ष पेश करूँ तुम कहना जी अकाली दल का पक्ष पेश करता खट्टिया मिठिया कोई नहीं खट्टिया मिठिया होंगे आप सज्जन बैठे हाँ कोई नहीं कुछ इस पक्ष कोई कोई इस पक्ष को गल नहीं सवाल कर रहे हैं कि श्रोमणी गुरद्वारा प्रबंधक कमेटी दी इलैक्शन श्रोमणी गुरद्वारा प्रबंधक कमेटी दी इलैक्शन श्रोमणी कमेटी ने नहीं करवाउणियां ਉਹਦਾ ਇੱਕ ਵੱਖ ਜੁਡੀਸ਼ੀਅਲ ਕਮਿਸ਼ਨ ਆਪਣੇ ਜੁਡੀਸ਼ੀਅਲ ਇਲੈਕਸ਼ਨ ਕਮਿਸ਼ਨ ਬਣਦਾ ਜਸਟਿਸ ਸਾਰੋਂ ਸਾਹਿਬ ਆਲਰੇਡੀ ਉਹ ਅਪੁਆਇੰਟ ਹੋ ਚੁੱਕੇ ਆ ਉਹ ਪ੍ਰੋਸੈਸ ਉਹਨਾਂ ਨੇ ਸ਼ੁਰੂ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਕੋ ਲਾ ਬਾਈਂਡਿੰਗ ਫੋਰਸ ਥੋੜੋ ਐਜੀਪੀਸੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜਲਦ ਕਮੇਟੀ ਬਣਾਈ ਜਾਵੇਗੀ ਕੋਰ ਮੀਟਿੰਗ ਕੀਤੀ ਜਾਵੇਗੀ ਸੀਨੀਅਰ ਵਕੀਲਾਂ ਨਾਲ ਐਜੀਪੀਸੀ ਦੀ ਅੱਜ ਮੀਟਿੰਗ ਹੋਈ ਹੈ ਤੇ ਪੋਜ਼ਿਟਿਵ ਰਿਸਪਾਂਸ ਮਿਲਿਆ ਹੈ।